ਹਾਲਾਂਕਿ ਅਕਾਲੀ ਮੰਤਰੀ ਵਿਰਸਾ ਸਿੰਘ ਵਲਟੋਹਾ ਨੇ ਨਵਤੇਜ ਗੁੱਗੂ ਦੇ ਇਲਜ਼ਾਮਾਂ ਦਾ ਜਵਾਬ ਕੁਝ ਇਸ ਤਰ੍ਹਾਂ ਦਿੱਤਾ। ਕੰਮ ਨਿਕਲਾਉਂਦੇ ਹਨ, ਉਹ ਆਪਣੇ ਖੰਭਾਂ ਨੂੰ ਚੌੜਿਆਂ ਕਰਨ ਦੀ ਖਾਤਰ ਇੱਕ ਫੈਸ਼ਨ ਬਣ ਗਿਆ ਪੰਜਾਬ ਦੇ ਵਿੱਚ ਵੀ ਸਰਕਾਰ ਕਰਦੀ ਹੈ ਜੀ, ਅਕਾਲੀ ਦਲ ਕਰਦਾ ਜੀ, ਨਸ਼ੇ ਜਿਹੜੇ ਆ ਜੀ। ਪਹਿਲੀ ਇਹ ਜਿਹੜਾ ਫੈਸ਼ਨ ਹੈ, ਉਸੇ ਫੈਸ਼ਨ 'ਚ ਸਾਡੇ ਵੀਰ ਨੇ ਕੋਈ ਗੱਲ ਕਰ ਦਿੱਤੀ ਹੋਣੀ ਹੈ। ਔਰ ਪੰਜਾਬ ਸਰਕਾਰ ਨੇ, ਪੰਜਾਬ ਪੁਲਿਸ ਨੇ ਸ਼ੁਰੂ ਤੋਂ ਲੈ ਕੇ ਨਸ਼ਿਆਂ ਦੇ ਵਿਰੁੱਧ ਲੜਾਈ ਲੜੀ ਹੈ। ਪਹਿਲੋਂ ਦੇਖ ਲਓ ਪੰਜਾਬ ਦੇ ਅੰਦਰ ਕਿੰਨੀ ਰਿਕਵਰੀ ਸੀ, ਅਤੇ ਹੁਣ ਵੀ ਇਹ ਜਿਹੜੀ ਹੈਰੋਇਨ ਸਮੱਗ ਜਾਂ ਜਿਹੜੇ ਵੀ ਕੋਈ ਡਰੱਗ ਆਉਂਦੀ ਹੈ, ਇਹ ਪੰਜਾਬ 'ਚ ਤਾਂ ਬਣਦੀ ਨਹੀਂ, ਇਹ ਪਾਕਿਸਤਾਨ ਤੋਂ ਕ੍ਰੋਸ ਹੋ ਕੇ ਆਉਂਦੀ ਹੈ। ਅਤੇ ਉਹਨੂੰ ਜੇ ਫੜਿਆ ਆ, ਏਡੀ ਵੱਡੀ ਮਾਤਰਾ 'ਚ ਫੜਿਆ ਆ, ਉਹਦੀ ਸ਼ਾਬਾਸ਼ ਮਿਲਣ ਦੀ ਬਜਾਏ ਤਾਂ ਜਿਹੜਾ ਮਰਜ਼ੀ ਜਿਹਦੀ ਮਾਂ ਨੂੰ ਕੋਈ ਮਕਾਨੇ ਨਹੀਂ ਖੜਦਾ, ਉੱਠ ਕੇ ਜਿਹੜੀਆਂ ਗੱਲਾਂ ਕਰਨ ਲੱਗ ਪੈਂਦਾ ਕਿ ਪੰਜਾਬ ਸਰਕਾਰ ਕਰਦੀ ਆ, ਇਹ ਜਿਹੜੀਆਂ ਗੱਲਾਂ ਨੇ ਇਹਦੇ ਤੋਂ ਹਟਣਾ ਚਾਹੀਦਾ। ਮੇਰਾ ਖਿਆਲ ਹੈ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਨਾ, ਇੱਕ ਫੈਸ਼ਨ ਹੀ ਬਣ ਗਿਆ ਕਿ ਮੈਂ ਵੱਡੇ ਤੋਂ ਵੱਡੇ ਬੰਦੇ ਦੇ ਵਿਰੁੱਧ ਵੱਡੀ ਤੋਂ ਵੱਡੀ ਗੱਲ ਕਰਾਂ। ਇਹ ਸਰਕਾਰ ਦੀ ਭਲਮਾਨਸੀ ਹੈ, ਸਭ ਪ੍ਰਕਾਸ਼ ਸਿੰਘ ਬਾਦਲ ਦੀ ਦਿਆਨਤਦਾਰੀ ਹੈ ਕਿ ਜਿਹੜੇ ਲੋਕ ਅੱਜ ਉਹਨਾਂ ਦੀ ਪੱਗ ਨੂੰ ਹੱਥ ਪਾਉਂਦੇ, ਕਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਜੇ ਤੱਕ ਕਦੀ ਸਖ਼ਤ ਕਦਮ ਨਹੀਂ ਚੁੱਕਿਆ। ਜਦੋਂ ਕਿ ਪ੍ਰਭਾਵ ਇਹ ਦਿੱਤਾ ਜਾਂਦਾ ਕਿ ਸਰਕਾਰ ਬੜੀ ਬਦਮਾਸ਼ ਆ ਜੀ, ਸਰਕਾਰ ਬੜੀ ਨੱਪ ਕੇ ਰੱਖਦੀ ਹੈ, ਅਤੇ ਜੇ ਲੋਕ ਇਹੋ ਜਿਹੀਆਂ ਗੱਲਾਂ ਕਰ ਜਾਣ ਤਾਂ ਸਰਕਾਰ ਫਿਰ ਵੀ ਦਿਆਨਤਦਾਰੀ ਨਾਲ ਪੇਸ਼ ਆਵੇ, ਤੇ ਇਹਦਾ ਮਤਲਬ ਇਹ ਸਮਝਣਾ ਚਾਹੀਦਾ ਕਿ ਅਗਲੇ ਬੰਨੇ ਭਲਮਾਨਸੀ ਹੈ। ਸੋ ਨਸ਼ਾ ਦੇ ਮੁੱਦੇ ਉੱਤੇ ਰੱਜ ਕੇ ਸਿਆਸਤ ਹੋ ਰਹੀ ਹੈ। ਇਸ ਵਾਰ ਵਿਧਾਨ ਸਭਾ ਚੋਣਾਂ 'ਚ ਨਸ਼ਿਆਂ ਦਾ ਮੁੱਦਾ ਮੋਹਰੀ ਕਤਾਰ ਦੇ ਵਿੱਚ ਉੱਡਦਾ ਦਿਖਾਈ ਦੇ ਰਿਹਾ ਹੈ।